ਧੱਕਾ ਤੁਸੀਂ ਧੱਕਾ ਕਰੀ ਜਾਂਦੇ ਹਰ ਇੱਕ ਗਾਣਾ ਹਰ ਇੱਕ ਬੰਦੇ ਦਾ ਆਪਣਾ ਜੋਨਰ ਹੁੰਦਾ ਸੋ ਸਾਡਾ ਭਰਾ ਹੈ ਸਾਡਾ ਇੱਕੋ ਹੀ ਏਰੀਆ ਤੂੰ ਤਾਂ ਸ਼ਰੇਆਮ ਜੱਟਾ ਧੱਕਾ ਕਰਦਾ ਤੂੰ ਤਾਂ ਸ਼ਰੇਆਮ ਜੱਟਾ ਧੱਕਾ ਕਰਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ 뮤직 ਇੰਡਸਟਰੀ ਦੇ ਸਿੰਗਰ ਅਤੇ Song Writer ਆਰਨੇਤ ਦੀ ਆਰਨੇਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਜਦ ਆਰਨੇਤ ਲਾਈਵ ਪਰਫਾਰਮੈਂਸ ਦੇ ਰਹੇ ਸਨ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਆਰਨੇਤ ਨੂੰ ਸਿੱਧੂ ਮੂਸੇਵਾਲਾ ਦਾ ਗਾਇਆ ਹੋਇਆ ਗਾਣਾ ਧੱਕਾ ਗਾਲ ਨਹੀਂ ਕਿਹਾ ਜਿਸ ਤੋਂ ਬਾਅਦ ਆਰਨੇਤ ਨੇ ਆਪਣੇ ਅੰਦਾਜ਼ ਦੇ ਵਿੱਚ ਇਸ ਗਾਣੇ ਧੱਕਾ ਨੂੰ ਪਰਫਾਰਮ ਕੀਤਾ ਆਓ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਵੀਡੀਓ ਧੱਕਾ ਤੁਸੀਂ ਧੱਕਾ ਕਰੀ ਜਾਂਦੇ ਕਿਉਂਕਿ ਹਰ ਇੱਕ ਗਾਣਾ ਹਰ ਇੱਕ ਬੰਦੇ ਦਾ ਆਪਣਾ ਜੋਨਰ ਹੁੰਦਾ ਸੋ ਸਾਡਾ ਭਰਾ ਹੈ ਸਾਡਾ ਦਾ ਇੱਕੋ ਹੀ ਏਰੀਆ ਤੂੰ ਤਾਂ ਸ਼ਰੇਆਮ ਜੱਟਾ ਧੱਕਾ ਕਰਦਾ ਤੂੰ ਤਾਂ ਸ਼ਰੇਆਮ ਜੱਟਾ ਧੱਕਾ ਕਰਦਾ ਓਕੇ ਕੰਮ ਹੱਟ ਦੇ ਹਦੀ ਰੇਤ ਵਿੱਚ ਪੜੇ ਹਬਲੋ ਕਈਆਂ ਲਈ ਬਣਿਆ ਅੱਜ ਖਤਰੇ ਤੂੰ ਵੀ ਤੀਵੀ ਗੱਦੀ ਵਾਲਿਆਂ ਨੂੰ ਮੰਨਦੀ ਹੋਣੀ ਪਾ ਤੇ ਇੰਡਸਟਰੀ ਚ ਲੱਗੜੇ ਹੋਵੇ ਦਾ ਵਿਆਹ ਚ ਨੱਚਾ ਰਹਿੰਦਾ ਏ ਮੈਂ ਦੂਰ ਹਾਂ ਮੋਰੀ ਦੇ ਵਿਆਜ ਕੁੜੇ ਉਹ ਸਾਡਾ ਸਾਡੇ ਚੋਣ ਵਾਲਿਆਂ ਲਈ ਦੌਰ ਚੱਲਦਾ ਐਂਟੀਆਂ ਲਈ ਚੱਲੇ ਗੁੰਡਾ ਰਾਜ ਕੁੜੇ ਉਹ ਸਾਡਾ ਸਾਡੇ ਚੋਣ ਵਾਲਿਆਂ ਲਈ ਦੌਰ ਚੱਲਦਾ ਆਰਨੇਤ ਅਤੇ ਸਿੱਧੂ ਮੂਸੇਵਾਲਾ ਦੀ ਦੋਸਤੀ ਕਾਫੀ ਗੂੜੀ ਦੱਸੀ ਜਾਂਦੀ ਹੈ ਜਿਸ ਦੇ ਚੱਲਦਿਆਂ ਇਹਨਾਂ ਦੋਹਾਂ ਨੇ ਇੱਕ ਗਾਣਾ ਵੀ ਰਿਲੀਜ਼ ਕੀਤਾ ਸੀ ਜਿਸ ਦਾ ਨਾਮ ਸੀ ਪੋਇਜ਼ਨ ਤੇ ਉਸ ਤੋਂ ਬਾਅਦ ਹੁਣ ਆਰਨੇਤ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਏ ਹੋਏ ਗਾਣੇ ਧੱਕਾ ਦੀ ਵੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਆਰਨੇਤ ਦੀ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਹੋਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ ਸਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ 'ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਮੀਆਂ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ ਵਸ਼ੀਕਰਨ ਲਵ ਮੈਰਿਜ PR ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ